ਸਤਿ ਸ਼੍ਰੀ ਅਕਾਲ ਮੈਂ ਹਾਂ ਮਨਦੀਪ ਕੌਰ ਜਿੱਥੇ ਕਿ ਅਸੀਂ ਹਰ ਵਾਰ ਤੁਹਾਨੂੰ ਤੁਹਾਡੇ ਮਨਪਸੰਦ ਜਿਹੜੇ ਵਧੀਆ ਵਧੀਆ ਸਿੰਗਰਸ ਨੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜਿਵੇਂ ਕਿ ਤੁਸੀਂ ਸਭ ਨੂੰ ਜਾਣਦੇ ਹੀ ਹੋ ਕਿ ਜਿਹੜਾ ਸੰਗੀਤ ਹੈ ਸੰਗੀਤ ਦੀ ਧੁਨ ਹੈ ਜਿਹੜੀ ਦੋ ਟੁੱਟੇ ਦਿਲਾਂ ਨੂੰ ਜੋੜਦੀ ਹੈ ਅਤੇ ਇੱਦਾਂ ਹੀ ਜਿਹੜੇ ਅੱਜ ਸਾਡੇ ਸਿੰਗਰ ਸਾਡੇ ਨਾਲ ਬੈਠੇ ਨੇ ਜਿਹੜੇ ਅਨਮੋਲ ਹੀਰਾ ਸਾਡੇ ਨਾਲ ਅੱਜ ਬੈਠੇ ਨੇ ਉਹ ਦੋ ਸਰਹੱਦਾਂ ਨੂੰ ਉਹਨਾਂ ਨੇ ਜੋੜਿਆ ਹੈ ਸੋ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਆਪਣੇ ਟੀਮ ਦੇ ਵਿੱਚ ਆਏ ਨੇ ਸਾਡੇ ਨਾਲ ਅਕਰਮ ਰਾਹੀ ਜੀ तमाम दर्शकों को ढेर ढेर सत श्री अकाल मुसलमान भरावों को अस्सलाम वालेकुम और हिंदू भरावों को नमस्ते ते साडे लिए बहुत माण वाली गल है बहुत प्राउड वाली मूवमेंट है कि तुसी अज साडे सुर सागर दे वेड़े आए हो ते साडे दर्शकों की बहुत देर दी डिमांड सी कि तुसी उन्हां नूं इंडिया दे कैनेडा अमेरिका बहुत सारी कंट्रीज दा सिंगर दिखाने ही आ पर अज पाकिस्तान दे सिंगर इन्ने फेमस पर्सनैलिटी साडे नाल है ते साडे लिए बहुत प्राउड वाली गल है मैं समझना जी इहदे विच जफ्स म्यूजिक दा बहुत वड्डा हत्थ है ਜਿਨ੍ਹਾਂ ਨਾਲ ਮੈਂ ਕੰਮ ਕਰ ਰਿਹਾ ਜਿਨ੍ਹਾਂ ਨਾਲ ਮੈਂ ਸਾਈਨ ਹਾਂ ਔਰ ਖੁਸ਼ੀ ਦੀ ਇਹ ਗੱਲ ਹੈ ਕਿ ਪਹਿਲੇ ਮੈਂ ਸਿੰਗਰ ਤਾਂ ਮੈਂ ਸ਼ਾਇਦ ਤੁਹਾਡੀ ਉਮਰ ਤੋਂ ਪਹਿਲਾਂ ਦਾ ਬਣਿਆ ਤੁਹਾਡੇ ਅੰਮੀ ਸੁਣਦੇ ਹੋਣਗੇ ਮੈਨੂੰ ਅਤੇ ਤੁਸੀਂ ਬਾਅਦ 'ਚ ਆਏ ਅਤੇ ਸਿੰਗਰ ਬਣੇ ਨੂੰ 25 ਕੁ ਸਾਲ ਹੋ ਗਏ ਆ ਮੈਨੂੰ ਲੇਕਿਨ ਪ੍ਰੋਪਰ ਤਰੀਕੇ ਨਾਲ ਇੰਡੀਆ ਦੇ ਵਿੱਚ ਇੰਡੀਆ ਪੰਜਾਬ ਜਾਂ ਭਾਰਤ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਰਿਲੀਜ਼ ਨਾ ਹੋਇਆ ਕਦੀ ਕਿਸੇ ਕੋਂਪਨੀ ਕੇਸਟ ਕੱਢਦਾ ਕਦੀ ਕਿਸੇ ਕੱਢਦਾ ਔਰ ਵਿਦਆਊਟ ਪਰਮਿਸ਼ਨ ਲੇਕਿਨ ਕੋਈ ਗੱਲ ਨਹੀਂ ਅਸੀਂ ਇਸ ਵਾਸਤੇ ਚੁੱਪ ਰਹੇ ਕਿ ਚਲੋ ਸਾਡੀ ਮਾਂ ਬੋਲੀ ਜਿਹੜੀ ਉਹ ਲੋਕਾਂ ਤੱਕ ਪਹੁੰਚ ਰਹੀ ਨੇ ਜਿਹੜਾ ਸਾਡਾ ਮੇਨ ਮਿਸ਼ਨ ਹੈ ਜਿਹੜਾ ਕਿ ਸਾਡਾ ਖਿਦਮਤ ਦਾ ਮਿਸ਼ਨ ਹੈ ਕਿ ਜਿਹੜੀ ਜ਼ੁਬਾਨ ਹੈ ਅਤੇ ਮਾਂ ਬੋਲੀ ਜਿਹੜੀ ਹੈ ਇਹਨੂੰ ਜ਼ਿੰਦਾ ਰੱਖਣ 'ਚ ਮੈਂ ਸਮਝਣਾ ਕਿ ਸਰਦਾਰ ਬਰਾਦਰੀ ਦਾ ਸਰੇ ਫਰਿਸ਼ਤ ਹੱਥ ਹੈ ਨਾਲ ਦਾ ਪੰਜਾਬ ਬਾਅਦ 'ਚ ਆਉਂਦਾ ਪਹਿਲੇ ਇਹ ਪੰਜਾਬ ਆਉਂਦਾ ਕਿ ਤੁਸੀਂ ਦੇਖ ਲਓ ਇਹਨਾਂ ਮੁਲਕਾਂ ਦੇ ਵਿੱਚ ਵੀ ਜਿੱਥੇ ਕੋਈ ਪੱਗ ਵਾਲਾ ਬੰਦਾ ਜਾਣ ਡਿਆ ਹੋਏਗਾ ਬਾਬੇ ਦੇ ਮੰਨਣ ਵਾਲਾ ਉਹਨੂੰ ਤੁਸੀਂ ਬੋਲੋਗੇ ਤਾਂ ਪੰਜਾਬੀ 'ਚ ਕਹੇਗਾ ਕਿ ਕਿੱਦਾਂ ਬਈ ਕੀ ਹਾਲ ਹੈ ਅਤੇ ਸਾਡੇ ਦੇ ਵਿੱਚੋਂ ਮੋਮਨ ਕੋਈ ਉਰਦੂ ਬੋਲ ਜਾਏਗਾ ਜਾਂ ਕੋਈ ਅੰਗਰੇਜ਼ੀ ਬੋਲ ਜਾਏਗਾ ਅਤੇ ਇਹ ਮੈਂ ਸਮਝਣਾ ਕਿ ਜਫਸ ਮਿਊਜ਼ਿਕ ਦੇ ਸਿਰ ਸਿਰ ਹੈ ਕਿ ਇਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਜਾਂ ਇਹਨਾਂ ਦੇ ਦਿਲ 'ਚ ਇਹ ਗੱਲ ਹੈ ਸੀ ਕਿ ਇਹ ਬੰਦਾ ਇਹ ਕੁਛ ਕਰ ਸਕਦਾ ਅਤੇ ਆਇਆ ਤਾਂ ਮੈਂ ਬੜੀ ਦੇਰ ਤਾਂ ਮਾਰਕੀਟ 'ਚ ਸ਼ਾਇਦ ਉਦੋਂ ਜਫਸ ਦਾ ਵੀ ਵਜੂਦ ਨਾ ਹੋਏ ਜਦੋਂ ਮੈਂ ਅਕਰਮ ਰਾਈ ਸਾਂ ਬਾਅਦ ਦੇ ਵਿੱਚ ਜਫਸ ਵੀ ਆਈ ਜਫਸ ਵਾਲੇ ਵੀ ਆਏ ਔਰ ਇਹਨਾਂ ਨੇ ਸਾਈਨ ਕੀਤਾ ਮੇਰੇ ਵੀਡੀਓ ਵੀ ਇਹ ਬਣਾਉਣਗੇ ਬਣਾ ਵੀ ਰਹੇ ਨੇ ਚਲਾ ਵੀ ਰਹੇ ਨੇ ਮੁਖਤਲਿਫ ਚੈਨਲਾਂ 'ਤੇ ਤੁਸੀਂ ਇੱਥੇ ਵੀ ਵੇਖੋਗੇ ਔਰ ਮਜ਼ੀਦ ਵਹਿੰਦੇ ਰਹੋਗੇ ਇਸ ਵਾਸਤੇ ਕਿ ਪਹਿਲੇ ਤਾਂ ਸੀ ਨਾ ਕਿ ਇੱਕ ਵੀਡੀਓ ਬਣਿਆ ਤਾਂ ਅਸੀਂ ਘਰ ਟੁਰ ਗਏ ਹੁਣ ਮਜਬੂਰੀ ਇਹ ਵੀ ਕਿ ਇਹਨਾਂ ਸਾਨੂੰ ਸਾਈਨ ਕੀਤਾ ਇਹਨਾਂ ਸਾਡੇ ਪ੍ਰੋਪਰ ਵੀਡੀਓ ਬਣਾਉਣੇ ਅਤੇ ਔਰ ਲੋਕਾਂ ਨੂੰ ਵਿਖਾਉਂਦੇ ਰਹਿਣਗੇ ਕਿਆ ਬਾਤ ਹੈ ਜੀ ਗੱਲਾਂ ਕਰਦੇ ਕਰਦੇ ਸਾਨੂੰ ਰਾਜ ਦੀ ਗੱਲ ਵੀ ਇਹ ਪਤਾ ਲੱਗ ਗਿਆ ਕਿ ਅਕਰਮ ਰਾਹੀ ਜੀ ਜਫਸ ਮਿਊਜ਼ਿਕ ਨਾਲ ਸਾਈਨ ਵੀ ਹੋ ਚੁੱਕੇ ਨੇ ਕਿਆ ਬਾਤ ਹੈ ਜੀ ਉਹ ਦੱਸਣ ਦਾ ਮਤਲਬ ਇਹ ਵੀ ਨਾ ਕਿ ਕੁਝ ਲੋਕ ਜਿਹੜੇ ਇਹ ਜਫਸ ਵਾਲੇ ਸੀ ਡੀ ਕੱਢਣ ਤੋਂ ਫਟਾਫਟ ਦੂਜੇ ਪਹਿਲੇ ਦੀ ਤਰ੍ਹਾਂ ਨਾਲ ਕਾਪੀ ਕਰ ਦੇਣ ਉਹਨਾਂ ਨੂੰ ਪਤਾ ਲੱਗ ਜਾਏ ਕਿ ਸਾਈਨ ਹੋਇਆ ਉਹ ਨਾ ਹੋਏ ਕਿ ਉਹ ਫਿਰ ਪੁੱਛਣਗੇ ਤਾਂ ਸਹੀ ਨਾ ਨਹੀਂ ਨਹੀਂ ਵੈਸੇ ਬੜੀ ਵੱਡੀ ਗੱਲ ਹੈ ਕਿ ਇਹਨਾਂ ਨੇ ਸਾਨੂੰ ਸਾਈਨ ਕੀਤਾ ਸਾਡੇ 'ਤੇ ਸਾਰੇ ਇਨਵੈਸਟਮੈਂਟ ਕਰਨਗੇ ਉਹ ਖਰਚ ਕਰਨਗੇ ਸਾਡੇ ਸ਼ੋਅ ਵਗੈਰਾ ਕਰਨਗੇ ਕੈਨੇਡਾ ਅਮੈਰੀਕਾ ਜਿਵੇਂ ਲੋਕ ਦੇਖ ਰਹੇ ਨੇ ਇਹਨਾਂ ਲੋਕਾਂ 'ਚ ਵੀ ਲਿਆ ਕੇ ਇਹ ਸਿਰਫ ਇਹੀ ਨਹੀਂ ਕਿ ਸਾਡੀ ਸੀਡੀਆਂ ਰਿਲੀਜ਼ ਕਰਨਗੇ ਸ਼ੋਅ ਵੀ ਕਰਨਗੇ ਪੂਰੇ ਵਰਲਡ 'ਚ ਬਹੁਤ ਖੂਬ ਜੀ ਇਹ ਨਾਲ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਕੈਨੇਡਾ ਅਮੈਰੀਕਾ ਤੋਂ ਮੈਨੂੰ ਯਾਦ ਹੈ ਕਿ ਜਿੰਨੇ ਵੀ ਸ਼ੋਅਜ਼ ਹੋ ਰਹੇ ਨੇ ਆਲ ਓਵਰ ਵਰਲਡ ਅਪਕਮਿੰਗ ਕੋਈ ਵੀ ਮੇਲਾ ਆ ਰਿਹਾ ਹੈ ਜਾਂ ਦੀਵਾਲੀ 'ਤੇ ਵੀ ਜਿਹੜੇ ਸ਼ੋਅਜ਼ ਹੋ ਰਹੇ ਨੇ ਕੈਨੇਡਾ ਅਮੈਰੀਕਾ ਦੇ ਅਕਰਮ ਰਾਹੀ ਜੀ ਜ਼ਰੂਰ ਉੱਥੇ ਪਹੁੰਚਣਗੇ ਅਤੇ ਜਿਹਦੇ ਵੀ ਤੁਹਾਡੀ ਡਿਮਾਂਡ ਹੈ ਗਾਣਿਆਂ ਦੀ ਜ਼ਰੂਰ ਪੂਰੀ ਕਰਨਗੇ ਤੁਹਾਨੂੰ ਜ਼ਰੂਰ ਖੁਸ਼ ਕਰਕੇ ਜਾਣਗੇ ਅਤੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਤੁਸੀਂ ਗਾਇਕੀ ਦਾ ਸਫ਼ਰ ਕਦੋਂ ਤੋਂ ਸ਼ੁਰੂ ਕੀਤਾ 25 ਸਾਲਾਂ ਤੋਂ ਪੜ੍ਹੇ ਲਿਖੇ ਹੋ ਪੁੱਠੇ ਪਾਸੇ ਲੈ ਜਾਓ ਕਿੱਥੋਂ ਚੱਲਦੀ ਹੈ 25 ਸਾਲ ਹੋ ਗਏ ਜੇ ਉੱਥੋਂ ਪਿੱਛੋਂ ਹੁਣ ਗਿਣ ਲਓ ਕਿ ਕਿੰਨੇ ਸਾਲ ਬਣਦੇ ਨੇ ਮੇਰੇ ਖਿਆਲ 89 ਜਾਂ 88 ਹਾਂਜੀ ਬਿਲਕੁਲ ਜੀ ਬਿਲਕੁਲ 88 ਬਣਦਾ ਜੀ 89 ਪੜ੍ਹੀ ਲਿਖੀ ਹੈ ਨਾ ਫੋਰਮ ਸਮਝ ਗਈ ਕਿ 88 ਬਣਦਾ ਹਾਂ ਉਹ ਲੇਕਿਨ 88 ਤੋਂ ਪਹਿਲੇ ਵੀ 4-5 ਸਾਲ ਤੇ ਇਨਸਾਨ ਨੂੰ ਸਿੱਖਦਿਆਂ ਵੀ ਲੱਗ ਜਾਂਦੇ ਨੇ ਬਿਲਕੁਲ ਜੀ ਇਸ ਵਾਸਤੇ ਕਾਫੀ ਅਰਸਾ ਹੋ ਗਿਆ ਇਸ ਫੀਲਡ ਦੇ ਵਿੱਚ ਬਹੁਤ ਖੂਬ ਤੇ ਤੁਹਾਡੇ ਅਕੋਰਡਿੰਗਲੀ ਕਿ ਇੱਕ ਗਾਇਕ ਨੂੰ ਕਿੱਦਾਂ ਦੇ ਗੀਤ ਗਾਉਣੇ ਚਾਹੀਦੇ ਨੇ ਇੱਕ ਗਾਇਕ ਨੂੰ ਮੈਂ ਸਮਝਦਾ ਬੰਦੇ ਦੇ ਪੁੱਤਰ ਵਾਲੇ ਗੀਤ ਗਾਉਣੇ ਚਾਹੀਦੇ ਨੇ ਉਹ ਗੀਤ ਉਹ ਮਸੀਕੀ ਮੈਂ ਕਿਸੇ ਨੂੰ ਮਾੜਾ ਨਹੀਂ ਆਉਂਦਾ ਕਿਉਂ ਕਿ ਮੈਂ ਇਹ ਗੱਲ ਕਹਿੰਦਾ ਕਿ ਉਂਗਲੀ ਚੁੱਕ ਜੋ ਕਿਸੇ ਨੂੰ ਬੁਰਾ ਆਖੇ ਉਂਗਲੀ ਚੁੱਕ ਜੋ ਕਿਸੇ ਨੂੰ ਬੁਰਾ ਆਖੇ ਬੜੇ ਐਬ ਨੇ ਉਸ ਇਨਸਾਨ ਅੰਦਰ ਅਤੇ ਤਿੰਨ ਉਂਗਲੀਆਂ ਤੇਰੇ ਵੱਲ ਰਹਿਣ ਚੁੱਕੀਆਂ ਜ਼ਰਾ ਮਾਰ ਤਾਂ ਆਪਣੇ ਧਿਆਨ ਅੰਦਰ ਇਸ ਵਾਸਤੇ ਜਦੋਂ ਇਨਸਾਨ ਕਿਸੇ ਨੂੰ ਅੱਜ ਬੁਰਾ ਕਹਿੰਦਾ ਤਾਂ ਤਿੰਨ ਉਂਗਲੀਆਂ ਉਹਦੇ ਹੱਲ ਹੁੰਦੀਆਂ ਨੇ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਮੈਂ ਤਾਂ ਦੁਆਵਾਂ ਨਾਲ ਬਣਿਆ ਹੋਇਆ ਆਰਟਿਸਟ ਹਾਂ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਕਲਾਕਾਰ ਹਾਂ ਇਹ ਤੁਸੀਂ ਰਹਿਮਤ ਜਿਹਦੇ 'ਤੇ ਕਰ ਦੇਣ ਅਤੇ ਗੱਲ ਇਹ ਵੇ ਕਿ ਗੀਤ ਗਾਣੇ ਚਾਹੀਦੇ ਨੇ ਇਨਸਾਨ ਨੂੰ ਜਿਵੇਂ ਮੌਸੀਕੀ ਜਿੱਥੋਂ ਸਟਾਰਟ ਹੋਈ ਸੀ
ਮਸੀਹੀ ਜਦੋਂ ਵਜੂਦ ਚ ਆਈ ਤੁਹਾਨੂੰ ਪਤਾ ਦੁਨੀਆਂ 'ਤੇ ਸਭ ਤੋਂ ਪਹਿਲੇ ਫੋਕ ਉਤਰਿਆ ਸੀ ਜੀ ਦੁਨੀਆਂ 'ਚ ਸਭ ਤੋਂ ਪਹਿਲੇ ਫੋਕ ਉਤਰਿਆ ਸੀ ਬਾਕੀ ਕਲਾਸੀਕਲ ਸਾਰਾ ਕੁਛ ਬਾਅਦ 'ਚ ਆਇਆ ਅਤੇ ਫੋਕ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਤੁਸੀਂ ਮੈਂ ਗਾਣਾ ਗਾਵਾਂ ਅਤੇ ਜੇ ਤੁਹਾਡੀ ਮਾਂ ਦੁਨੀਆਂ ਤੋਂ ਟੁੱਟ ਗਈ ਤਾਂ ਤੁਹਾਨੂੰ ਤੁਹਾਡੀ ਮਾਂ ਯਾਦ ਆਏ ਮੈਂ ਗੀਤ ਗਾਵਾਂ ਤੁਸੀਂ ਧੀ ਨੂੰ ਟੋਰ ਬੈਠੇ ਤਾਂ ਤੁਹਾਨੂੰ ਤੁਹਾਡੀ ਧੀ ਯਾਦ ਆਏ ਮੈਂ ਗੀਤ ਗਾਵਾਂ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਨਾਲ ਅੱਛਾ ਸਲੂਕ ਨਹੀਂ ਕੀਤਾ ਤਾਂ ਤੁਹਾਨੂੰ ਸਕੂਨ ਮਿਲੇ ਮੇਰੀ ਉਸ ਗੱਲ ਨੂੰ ਸੁਣ ਕੇ ਗੀਤ ਇਹਨੂੰ ਕਹਿੰਦੇ ਨੇ ਮੇਰੇ ਨਜ਼ਦੀਕ ਮੈਂ ਕਿਸੇ ਨੂੰ ਕੋਈ ਨਹੀਂ ਇਤਰਾਜ਼ ਕਰਦਾ ਕਿ ਕੀ ਗਾਣਾ ਚਾਹੀਦਾ ਕੀ ਨਹੀਂ ਗਾਣਾ ਚਾਹੀਦਾ ਮੇਰੇ ਨਜ਼ਦੀਕ ਗਾਇਕੀ ਇਹਨੂੰ ਕਿਹਾ ਜਾਂਦਾ ਔਰ ਇਹੀ ਮੈਂ ਗਾ ਰਿਹਾ ਅਰਸਾ 25 ਸਾਲ ਤੋਂ ਬਹੁਤ ਖੁਸ਼ੀ ਬਹੁਤ ਹੀ ਮਿਹਨਤ ਕੀਤੀ ਹੈ 25 ਸਾਲ ਦੀ ਤੁਹਾਡੀ ਮਿਹਨਤ ਹੈ ਉਹੀ ਰੰਗ ਲੈ ਕੇ ਆਈ ਅੱਗੇ ਵੀ ਕਹਿੰਦੇ ਮਿਹਨਤ ਬਿਨਾਂ ਨਾ ਮੰਜ਼ਿਲ ਕਦੇ ਮਿਲਦੀ ਹੈ ਸੋ ਮਿਹਨਤ ਕਰਨਾ ਬਣਾਓ ਸੁਭਾਅ ਯਾਰੋ ਜਿਨ੍ਹਾਂ ਵਿੱਚ ਹਿੰਮਤ ਹੈ ਤੂਫਾਨਾਂ ਦੇ ਰੁੱਖ ਬਦਲਣ ਦੀ ਮੰਜ਼ਿਲ ਆਪ ਤੱਕਦੀ ਹੈ ਉਹਨਾਂ ਦੇ ਰਾਹ ਯਾਰੋ ਗੁਰਦਿਲ ਦਿੰਦੇ ਰਹਿ ਜਾਂਦੇ ਨੇ ਦੋਸ਼ ਤਕਦੀਰਾਂ ਨੂੰ ਇੰਜ ਹੀ ਜ਼ਿੰਦਗੀ ਜਾਣ ਲੰਘਾ ਯਾਰੋ ਤੁਸੀਂ ਬਹੁਤ ਹੀ ਮਿਹਨਤ ਕੀਤੀ ਬਹੁਤ ਹੀ ਹਾਰਡ ਵਰਕ ਕੀਤਾ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਤੁਸੀਂ ਸਾਡੇ ਵੀ ਵਿਹੜੇ ਦਰਸ਼ਨ ਦਿੱਤੇ ਨੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਨਹੀਂ ਜਿਹੜੇ ਮੇਰੇ ਸੁਣਨ ਵਾਲੇ ਨੇ ਪੁਰਾਣੇ ਤੁਸੀਂ ਤੇ ਹੁਣ ਸੁਣੋਗੇ ਜਿਹੜੇ ਵੀਡੀਓ ਮੇਰੇ ਚੱਲ ਰਹੇ ਨੇ ਵੇਖ ਰਹੇ ਹੋ ਸੁਣ ਵੀ ਰਹੇ ਨੇ ਬਹੁਤ ਦੇਰ ਤੇ ਸੁਣ ਰਹੇ ਆ ਤੁਹਾਡਾ ਇੱਕ ਗਾਣਾ ਸੀ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਤੇ ਇਹ ਤੁਸੀਂ ਕਹਿ ਸਕਦੇ ਵੀ ਅਸੀਂ ਤੁਹਾਡੇ ਗੀਤ ਸੁਣੇ ਨਹੀਂ ਇਸ ਗਾਣੇ ਤੇ ਤੁਸੀਂ ਫਸ ਗਏ ਇਹ ਦੱਸੋ ਨਹੀਂ ਫਸਦੇ ਨਹੀਂ ਮੈਂ ਮਾਸ਼ਾਅੱਲਾ ਤੁਸੀਂ ਪੜ੍ਹੇ ਲਿਖੇ ਹੋ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਸ ਗਾਣੇ 'ਚ ਚੰਗਾ ਕੀ ਲੱਗਾ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਮੈਂ ਤੁਹਾਡੇ ਨਾਲ ਸਵਾਲ ਕਰ ਲਿਆ ਨਹੀਂ ਇਹ 'ਚ ਮੈਨੂੰ ਇੱਦਾਂ ਲੱਗਾ ਵੀ ਬੰਦੇ ਨੇ ਆਪਣੇ ਕਿਸੇ ਨੇ ਆਪਣੀ ਨੈਚੁਰਲ ਜੀ ਗੱਲ ਦੱਸੀ ਹੈ ਕਿਸੇ ਨਾਲ ਕੋਈ ਕਿੱਸਾ ਵਾਪਰਿਆ ਹੋਇਆ ਇੱਦਾਂ ਲੱਗਦਾ ਕਿਸੇ ਨੇ ਆਪਣੀ ਫੀਲਿੰਗ ਸ਼ੇਅਰ ਕੀਤੀ ਹੈ ਜਿੱਦਾਂ ਚਲੋ ਸ਼ੁਕਰ ਹੈ ਮੇਰੀ ਗੱਲ ਦੀ ਫੌਰਨ ਤਾਈਦ ਹੋ ਗਈ ਕਿ ਜਿਹੜਾ ਮੈਂ ਅੱਗੇ ਕਹਿ ਰਿਹਾ ਸੀ ਕਿ ਮੈਂ ਉਹ ਗੀਤ ਗਾਣਾ ਜਿਹਦਾ ਇਨਸਾਨ ਨੂੰ ਸਬਕ ਮਿਲੇ ਨਸੀਹਤ ਮਿਲੇ ਹਾਂਜੀ ਤੇ ਥੋੜ੍ਹਾ ਜਿਹਾ ਜਿਹੜੇ ਲੋਕ ਵੇਖ ਰਹੇ ਨਾ ਇਸ ਵੇਲੇ ਗੱਲਾਂ ਤਾਂ ਸਾਡੇ ਕੋਲ ਸੁਣ ਹੀ ਰਹੇ ਨੇ ਮੈਂ ਥੋੜ੍ਹਾ ਜਿਹਾ ਉਹਨਾਂ ਨੂੰ ਬੈਕ ਲੈ ਜਾਵਾਂ ਪਿੱਛੇ ਜ਼ਰੂਰ ਜੀ ਕਿੰਨੇ ਕੁ ਸਾਲ ਪਿੱਛੇ ਖੜਾ ਜਿੱਦਾਂ ਤੁਹਾਡੀ ਮਰਜ਼ੀ ਹੈ ਮਾਰੇ ਤੁਸੀਂ ਸਾਡੇ ਦੇਸ਼ ਆਏ ਹੋ ਜਿੱਦਾਂ ਦੇਖੋ ਬਹੁਤ ਸਾਰਾ ਅਸੀਂ ਵੇਖਣ ਵਾਲਿਆਂ ਨੂੰ ਉਹਨਾਂ ਦੀ ਲਾਈਫ ਦੇ ਵਿੱਚ 20 ਕੁ ਸਾਲ ਪਿੱਛੇ ਲੈ ਜਾਂ ਬੜਾ ਬੜਾ ਹੈ ਇੰਨਾ ਬਹੁਤ ਹੈ ਬਾਕੀ ਫੇਰ ਚਲ ਜਾਾਂਗੇ ਕਦੀ ਬਸ 20 ਕੁ ਸਾਲ ਪਿੱਛੇ ਖੜਨ ਲੱਗਾ ਵੇਖਣ ਵਾਲਿਆਂ ਨੂੰ ਠੀਕ ਹੈ ਜੀ ਤੇ ਉਹ ਇਸ ਤਰ੍ਹਾਂ ਜਾਣਗੇ ਕਿ ਅੱਜ ਤੋਂ 20 ਸਾਲ ਪਹਿਲੇ ਵੀ ਇੱਕ ਬੰਦਾ ਹੁੰਦਾ ਸੀ ਅੱਛਾ ਜੀ ਜਿਹੜਾ ਤੁਹਾਡੇ ਸਾਹਮਣੇ ਬੈਠਾ ਹੈ ਉਦੋਂ ਵੀ ਹੁੰਦਾ ਸੀ ਕੀ ਬਾਤ ਹੈ ਜੀ ਕਿੰਨੇ ਕੁ ਰੂਪ ਨੇ ਇਸ ਬੰਦੇ ਦੇ ਇਸ ਬੰਦੇ ਦੇ ਰੂਪ ਤੇ ਇੱਕੋ ਹੀ ਹੈ ਲੇਕਿਨ ਇਹ ਰੂਪ ਜਿਹੜਾ ਤੁਸੀਂ ਜਪ ਦੇ ਨਾਲ ਮੇਰਾ ਵੇਖ ਰਹੇ ਹੋ ਇਹ ਨਵਾਂ ਹੈ ਕਿਉਂਕਿ ਹੁਣ ਵੀਡੀਓ ਜਿਹੜੇ ਦੋ ਵੇਖ ਰਹੇ ਹੋ ਮੇਰੇ ਉਹ ਜ਼ਰਾ ਥੋੜ੍ਹੇ ਜਿਹੇ ਚੇਂਜ ਹੋਇਆ ਨਾ ਅਤੇ 20 ਸਾਲ ਪਿੱਛੇ ਲੈ ਕੇ ਜਾ ਰਿਹਾ ਆਪਣੇ ਸੁਣਨ ਵਾਲਿਆਂ ਨੂੰ ਜਿਹੜੇ ਸੁਣਦੇ ਹੁੰਦੇ ਸਨ 20 ਸਾਲ ਪਹਿਲਾਂ ਕਿ ਲੁੱਕ ਲੁੱਕ ਦੁਨੀਆ ਤੂੰ ਅਸੀਂ ਰੋਂਦੇ ਰਹੇ ਲੁੱਕ ਲੁੱਕ ਦੁਨੀਆ ਤੂੰ ਅਸੀਂ ਰੋਂਦੇ ਰਹੇ ਤੇਰੀਆਂ ਜੁਦਾਈਆਂ ਵਾਲੇ ਦਾਗ ਧੁੰਦੇ ਰਹੇ ਲੁੱਕ ਲੁੱਕ ਦੁਨੀਆ ਤੂੰ ਅਸੀਂ ਰੋਂਦੇ ਰਹੇ ਇੱਕ ਉਹਦੇ 'ਚ ਮੈਂ ਸ਼ੇਅਰ ਕਿਹਾ ਸੀ ਸ਼ਾਇਦ ਤੁਹਾਨੂੰ ਅੱਜ ਵੀ ਅੱਛਾ ਲੱਗੇ ਕਿਉਂਕਿ ਸੱਚਾਈ ਜਿਹੜੀ ਉਹਨੂੰ ਜਦੋਂ ਵੀ ਕਹੋਗੇ ਉਹਨੂੰ ਛੁਪਦੀ ਨਹੀਂ ਉਹਦਾ ਸ਼ੇਅਰ ਸੀ ਮੈਨੂੰ ਬੜਾ ਪਸੰਦ ਸੀ ਸ਼ਾਇਦ ਮੇਰੇ ਸੁਣਨ ਵਾਲੇ ਨੂੰ ਵੀ ਇਹ ਬੜਾ ਪਸੰਦ ਹੋਏ ਸ਼ੇਅਰ ਇਹ ਗੀਤ ਮੇਰਾ ਹੀ ਲਿਖਿਆ ਸੀ ਔਰ ਇਹ ਗੀਤ ਇਹ ਸ਼ੇਅਰ ਮੈਨੂੰ ਵੀ ਬਹੁਤ ਪਸੰਦ ਸੀ ਕਿ ਗੱਲ ਗੱਲ ਨਾਲ ਮੈਨੂੰ ਜੀ ਜੀ ਕਹਿੰਦੀ ਸੈਨੀ ਸਾਰੀ ਸਾਰੀ ਰਾਤ ਮੇਰੇ ਕੋਲ ਬੈਠੀ ਰਹਿੰਦੀ ਸੈ ਕਸਮਾਂ ਤੇ ਵਾਦੇ ਕਸਮਾਂ ਤੇ ਵਾਦੇ ਤੇਰੇ ਦੱਸ ਕਿੱਥੇ ਗਏ ਤੇਰੀਆਂ ਜੁਦਾਈਆਂ ਵਾਲੇ ਦਾਗ ਧੁੰਦੇ ਰਹੇ ਲੁੱਕ ਲੁੱਕ ਦੁਨੀਆ ਤੂੰ ਅਸੀਂ ਰੋਂਦੇ ਰਹੇ